ਮੈਂ ਗੋਰਾ ਥਾਪਰ ਉਹਨਾਂ ਨੂੰ ਹੁਣੇ ਮਿਲ ਕੇ ਆਇਆ। ਬਹੁਤ ਮਾੜਾ ਕੰਮ ਹੋਇਆ, ਇਹਦੀ ਮੈਂ ਘੋਰ ਨਿੰਦਾ ਕਰਨਾ, ਕੜੇ ਸ਼ਬਦਾਂ 'ਚ ਨਿੰਦਾ। ਟਾਰਗੇਟ ਕਿਲਿੰਗ, ਸਪਾਰੀ ਕਿਲਿੰਗ, ਜਿਸ ਤਰ੍ਹਾਂ ਪੰਜਾਬ ਦੇ ਅੰਦਰ ਹੋ ਰਹੀ ਹੈ ਔਰ ਜਿਸ ਤਰ੍ਹਾਂ ਸਰੇਆਮ ਦਿਨ ਦਿਹਾੜੇ ਇੱਕ ਘਟਨਾ ਹੋਈ ਹੈ, ਬੜੀ ਦੁਖਦ ਹੈ, ਨਿੰਦਨੀ ਹੈ। ਔਰ ਮੈਂ ਹੈਰਾਨ ਹਾਂ ਹਜੇ ਤੱਕ ਮੁੱਖ ਮੰਤਰੀ ਸਾਹਿਬ ਜਲੰਧਰ ਤੋਂ ਚੰਡੀਗੜ੍ਹ ਜਾਂਦਿਆਂ ਲੁਧਿਆਣੇ ਗੋਰੇ ਥਾਪਰ ਨੂੰ ਮਿਲ ਕੇ ਵੀ ਜਾ ਸਕਦੇ ਸੀ, ਲੇਕਿਨ ਕੀ ਕਾਰਨ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਪ੍ਰਾਇਓਰਿਟੀ ਲਿਸਟ ਦੇ ਅੰਦਰ ਗੋਰਾ ਥਾਪਰ ਜਾਂ ਜਿਨ੍ਹਾਂ ਲੋਕਾਂ ਦੇ ਉੱਤੇ ਹਮਲੇ ਹੋ ਰਹੇ, ਅੱਤਿਆਚਾਰ ਹੋ ਰਹੇ, ਟਾਰਗੇਟ ਕਿਲਿੰਗ ਹੋ ਰਹੀ ਹੈ, ਉਹ ਮੁੱਖ ਮੰਤਰੀ ਸਾਹਿਬ ਦੀ ਪ੍ਰਾਇਓਰਿਟੀ 'ਤੇ ਕੀ ਕਿਉਂ ਨਹੀਂ ਹੈਗੀ? ਔਰ ਇਹ ਸਰਕਾਰ ਜਦੋਂ ਦੀ ਪੰਜਾਬ 'ਚ ਬਣੀ, ਟਾਰਗੇਟ ਕਿਲਿੰਗ, ਗੈਂਗ ਵਾਰ, ਰੰਗਦਾਰੀ, ਅਪਹਰਨ ਇਸ ਸਰਕਾਰ ਦੇ ਗਿਫਟ ਨੇ। ਪੰਜਾਬ ਦੇ ਮਾਹੌਲ ਨੂੰ, ਲਾਅ ਐਂਡ ਆਰਡਰ ਨੂੰ ਅੱਜ ਸ਼ੂਨੇ 'ਤੇ ਪਹੁੰਚਾ ਦਿੱਤਾ, ਭਰਾ ਭਰਾ ਦੇ ਅੰਦਰ ਝਗੜਾ ਕਰਾਤਾ ਸਰਕਾਰ ਨੇ। ਮੈਂ ਬੜੇ ਬੁਰੇ ਦਿਨ ਵੀ ਪੰਜਾਬ 'ਚ ਦੇਖੇ, ਲੇਕਿਨ ਇਹ ਨਹੀਂ ਦੇਖਿਆ ਕਿ ਕਦੀ ਕੋਈ ਕਾਲੀ ਮਾਤਾ ਮੰਦਿਰ ਦੇ ਅੱਗੇ ਜਾ ਕੇ ਚਾਂਗੜਾ ਮਾਰਦਾ ਹੋਵੇ, ਕੋਈ ਗੁਰਦੁਆਰੇ ਅੱਗੇ ਜਾ ਕੇ ਚਾਂਗੜਾ ਮਾਰਦਾ ਹੋਵੇ। ਪੰਜਾਬ ਦੇ ਅੰਦਰ ਕਦੀ ਭਰਾ ਭਰਾ ਲੜੇ ਨਹੀਂ ਸੀ, ਲੇਕਿਨ ਇਸ ਸਰਕਾਰ ਦੇ ਟੈਨਿਓਰ 'ਚ ਭਰਾ ਭਰਾ ਲੜਦੇ ਵੀ ਦੇਖੇ, ਸਰਕਾਰ ਦੀ ਨਗੈਲੀ ਵੀ ਦੇਖੀ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੁਸਖੀਆਂ ਦੀ ਸਰਕਾਰ ਹੈ, ਨਲਾਇਕਾਂ ਦੀ ਸਰਕਾਰ ਹੈ, ਨਾ ਸਮਝਾਂ ਦੀ ਸਰਕਾਰ ਹੈ। ਔਰ ਗੈਂਗਸਟਰ ਦੰਦ ਨਾ ਰਹੇ ਨੇ, ਗੈਂਗਸਟਰਾਂ ਨੇ ਜੇਲ੍ਹਾਂ ਨੂੰ ਆਪਣੇ ਦਫ਼ਤਰ ਬਣਾ ਲਿਆ, ਹੁਣ ਗੈਂਗਸਟਰ ਜੇਲ੍ਹਾਂ ਨੂੰ ਉਹਨਾਂ ਨੇ ਸਟੂਡੀਓ ਬਣਾ ਲਿਆ। ਔਰ ਪੰਜਾਬ ਦੇ ਅੰਦਰ ਭੈ ਦਾ ਵਾਤਾਵਰਨ, ਡਰ ਦਾ ਵਾਤਾਵਰਨ ਅੱਜ ਖੜ੍ਹਾ ਕਰਤਾ, ਔਰ ਪੂਰਾ ਪੰਜਾਬ ਕਹਾਰ ਰਿਹਾ, ਰੋ ਰਿਹਾ ਕਿ ਕਿਹੜੀ ਸਰਕਾਰ ਅਸੀਂ ਚੁਣ ਲਈ ਜਿਹੜੀ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਵੀ ਮੇਨਟੇਨ ਨਹੀਂ ਕਰ ਪਾ ਰਹੀ। ਪੰਜਾਬ ਦੀ ਬਹਾਦੁਰ ਪੰਜਾਬ ਪੁਲਿਸ ਦੇ ਹੱਥ ਬੰਨੇ ਹੋਏ, ਔਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਅੱਜ ਥਾਣਿਆਂ ਨੂੰ ਔਰ DSP ਦੇ ਦਫ਼ਤਰਾਂ ਨੂੰ ਚਲਾ ਰਹੇ ਨੇ, ਜਿਹੜਾ ਕਿ ਬੜਾ ਨਿਖੇਧੀਯੋਗ ਕਦਮ ਹੈ। ਮੁੱਖ ਮੰਤਰੀ ਸਾਹਿਬ ਕਹਿੰਦੇ ਸੀ 24 ਘੰਟਿਆਂ 'ਚ ਨਸ਼ਾ ਖਤਮ ਹੋਊਗਾ, ਅੱਜ 28 ਮਹੀਨੇ ਹੋ ਗਏ, ਮੁੱਖ ਮੰਤਰੀ ਸਾਹਿਬ ਕੋਲ ਟਾਈਮ ਨਹੀਂ ਹੈ। 24 ਘੰਟੇ 'ਚ ਮਾਫੀਆ ਖਤਮ ਹੋਏਗਾ, ਅੱਜ 28 ਮਹੀਨੇ ਬੀਤ ਗਏ, ਮੁੱਖ ਮੰਤਰੀ ਸਾਹਿਬ ਕੋਲ ਟਾਈਮ ਨਹੀਂ ਹੈ। ਅੱਜ ਲਾਅ ਐਂਡ ਆਰਡਰ ਸ਼ੂਨੇ 'ਤੇ ਪਹੁੰਚ ਚੁੱਕਾ, ਅਸੀਂ ਬਾਰਡਰ ਸਟੇਟ ਹਾਂ, ਨਸ਼ਾ ਵਿਕ ਰਿਹਾ, ਟਾਰਗੇਟ ਕਿਲਿੰਗ ਹੋ ਰਹੀ ਹੈ, ਰੋਜ਼ ਅਖਬਾਰ ਪੜ੍ਹੋ,
ਕੱਲ ਵੀ ਰਾਤ ਅੰਮ੍ਰਿਤਸਰ 'ਚ ਘਟਨਾ ਹੋਈ, ਹਰ ਰੋਜ਼ ਇੱਕ ਘਟਨਾ ਹੋ ਰਹੀ ਹੈ। ਭਗਵੰਤ ਮਾਨ ਸਾਹਿਬ ਤੁਸੀਂ ਚੁਣਾਵਾਂ 'ਚ ਮਸਤ ਹੋ, ਪੰਜਾਬ ਤ੍ਰਸਤ ਹੈ। ਤੁਸੀਂ ਟੂਰਿਜ਼ਮ 'ਚ ਮਸਤ ਹੋ, ਪੂਰਾ ਪੰਜਾਬ ਤ੍ਰਸਤ ਹੈ। ਪੰਜਾਬ ਇਨਸਾਫ ਚਾਹੁੰਦਾ, ਪੰਜਾਬ ਸੁਰੱਖਿਆ ਚਾਹੁੰਦਾ, ਪੰਜਾਬ ਤਰੱਕੀ ਚਾਹੁੰਦਾ, ਪੰਜਾਬ ਭਾਈਚਾਰਕ ਸਾਂਝ ਚਾਹੁੰਦਾ। ਮੇਰੇ ਪੰਜਾਬ ਨੂੰ ਨਜ਼ਰ ਨਾ ਲਾਓ, ਪੰਜਾਬ ਬਚਾਓ। ਸਰ, ਜਿਹੜੇ ਸੋਸ਼ਲ ਮੀਡੀਆ ਤੇ ਕਮਿਊਨਿਟੀਜ਼ ਵੱਲੋਂ ਇੱਕ ਦੂਜੇ ਪਾਸੇ ਹੇਟ ਸਪੀਚ ਜਿਹੜੀ ਚੱਲ ਰਹੀ ਹੈ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਪੰਜਾਬ ਤੇ ਨਜ਼ਰ ਲੱਗ ਗਈ, ਪਰ ਪੰਜਾਬ ਦਾ ਭਾਈਚਾਰਾ ਬੜਾ ਮਜ਼ਬੂਤ ਭਾਈਚਾਰਾ, ਗੁਰੂਆਂ ਦੀ ਗੁੜਤੀ ਦਾ ਭਾਈਚਾਰਾ, ਮਾਨਸ ਕੀ ਜਾਤ ਏਕੋ ਪਹਿਚਾਨਬੋ ਦਾ ਭਾਈਚਾਰਾ। ਸਾਡੀ ਆਸਥਾ, ਪਿਆਰ, ਮੁਹੱਬਤ ਗੁਰੂਆਂ ਦੇ ਆਸ਼ੀਰਵਾਦ ਨਾਲ ਇੰਨੀ ਮਜ਼ਬੂਤ ਹੈ, ਜਿਹਦੇ ਕਾਰਨ ਇਹ ਸ਼ਰਾਰਤੀ ਲੋਕਾਂ ਦੀ ਚਾਲਾਂ ਸ਼ੜਯੰਤਰ ਕਾਮਯਾਬ ਨਹੀਂ ਹੋਏ, ਨਾ ਹੋਣਗੇ, ਨਾ ਹੋਣ ਦਿੱਤੇ ਜਾਣਗੇ। ਬੜੀ ਪੱਕੀ ਸਾਂਝ ਹੈ, ਬੜੀ ਪੱਕੀ ਸਾਂਝ ਹੈ। ਦਿਲਾਂ ਦੇ ਰਿਸ਼ਤੇ ਨੇ, ਨੌ ਮਾਸ ਦੇ ਰਿਸ਼ਤੇ ਨੇ, ਇੱਕ ਮਾਂ ਦੇ ਬੱਚੇ ਆ ਉਹ ਰਿਸ਼ਤੇ ਨੇ। ਔਰ ਇਹ ਰਿਸ਼ਤੇ ਜਿਹੜੇ ਲੋਕ ਖਰਾਬ ਕਰਨ ਦਾ ਸ਼ੜਯੰਤਰ ਰਚ ਰਹੇ, ਜਿਹੜੇ ਕੁਚਾਲਾਂ ਚੱਲ ਰਹੇ, ਤਿਲਿਸਮ ਚਲਾ ਰਹੇ ਨੇ, ਸ਼ੜਯੰਤਰ ਚਲਾ ਰਹੇ ਨੇ, ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਦੇਖੋ, ਕੋਈ ਵੀ ਵਿਅਕਤੀ ਹੋਵੇ, ਉਹ ਕਿਰਾ ਵੀ ਭਰਾ ਹੋਵੇ, ਉਹ ਵਿਅਕਤੀ ਕਿਸੇ ਵੀ ਅਹੁਦੇ 'ਤੇ ਹੋਵੇ, ਅਗਰ ਉਹ ਪੰਜਾਬ 'ਚ ਜ਼ਹਿਰ ਵੇਚ ਰਿਹਾ, ਪੰਜਾਬ ਨੂੰ ਬਰਬਾਦ ਕਰਨ ਦੀ ਕਹਾਣੀ ਲਿਖ ਰਿਹਾ, ਤਾਂ ਉਹਦੇ 'ਤੇ ਕਠੋਰ ਕਾਰਵਾਈ ਹੋਣੀ ਚਾਹੀਦੀ ਹੈ। ਇਹ ਵੀ ਸਾਹਮਣੇ ਆ ਗਿਆ ਕਿ ਜਿਹੜੇ ਲੋਕ ਪੰਜਾਬ 'ਚ ਨਸ਼ਾ ਛੁਡਾਓ ਲਹਿਰ ਚਲਾਉਣ ਦੀ ਗੱਲਾਂ ਕਰਦੇ ਸੀ, ਚੋਲੇ ਪਾਉਂਦੇ ਸੀ, ਉਹਨਾਂ ਦਾ ਅਸਲੀ ਸੱਚ ਕੀ? ਚਲੋ, ਰੋਕ ਰਹੇ, ਸੁਰੱਖਿਆ ਲੈ। ਓਕੇ, ਥੈਂਕ ਯੂ।